ਜਸ ਪੰਜਾਬੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਆਸ਼ਮਿਤਾ, ਤੁਸੀਂ ਵੇਖ ਰਹੇ ਹੋ ਜਸ ਪੰਜਾਬੀ ਲਾਈਵ। ਅੱਜ ਆਪਾਂ ਤੁਹਾਡੇ ਲਈ ਇੱਕ ਸਪੈਸ਼ਲ ਪ੍ਰੋਗਰਾਮ ਲੈ ਕੇ ਆਏ ਹਾਂ। ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਦਾ 550ਵਾਂ ਮਨਾਉਂਦੇ ਹਾਂ ਤਾਂ ਆਪਾਂ ਉਹਨਾਂ ਦੀ ਫਿਲੋਸਫੀ ਬਾਰੇ ਵੀ ਥੋੜ੍ਹੀ ਸੋਚ ਪਾਉਂਦੇ ਹਾਂ। ਵੰਡ ਛਕੋ, ਵੰਡ ਛਕੋ ਦੀ ਜੋ ਫਿਲੋਸਫੀ ਹੈ ਉਹ ਇੱਥੇ ਯੂਨਾਈਟਿਡ ਸਟੇਟਸ ਵਿੱਚ ਇੱਕ ਇਹੋ ਜਿਹੀ ਔਰਗਨਾਈਜੇਸ਼ਨ ਹੈ ਜੋ ਇੰਨੇ ਵੱਡੇ ਲੈਵਲ 'ਤੇ ਉਸ ਫਿਲੋਸਫੀ ਨੂੰ ਅੱਗੇ ਲੈ ਕੇ ਜਾ ਰਹੀ ਹੈ। ਮੈਂ ਜ਼ਿਆਦਾ ਟਾਈਮ ਨਹੀਂ ਇਸ ਪਾਸੇ ਲਵਾਂਗੀ, ਤੁਹਾਨੂੰ ਇੰਟਰੋਡਿਊਸ ਕਰਾਂਗੀ ਫਰੋਮ ਫੋਰ ਦੀ ਮੈਂਬਰਸ ਆਫ ਲੈਟਸ ਸ਼ੇਅਰ ਅ ਮੀਲ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਤਲਵਿੰਦਰ ਜੀ ਅਤੇ ਕੋਮਲ ਕਪੂਰ ਸਾਡੇ ਨਾਲ ਜੁਆਇਨ ਕਰ ਰਹੇ ਆ ਅੱਜ ਲੈਟਸ ਸ਼ੇਅਰ ਅ ਮੀਲ ਤੋਂ। ਐਂਡ ਇਸ ਔਰਗਨਾਈਜੇਸ਼ਨ ਨੇ ਪਿਛਲੇ 8 ਸਾਲਾਂ ਤੋਂ ਇੰਨੇ ਲਾਰਜ ਸਕੇਲ ਲੈਵਲ 'ਤੇ ਉਸ ਵੰਡ ਛਕੋ ਫਿਲੋਸਫੀ ਨੂੰ ਅੱਗੇ ਵਧਾਇਆ। ਆਪਾਂ ਉਹਨਾਂ ਤੋਂ ਜਾਣਦੇ ਹਾਂ ਕਿ ਇਸ ਸਾਲ ਲੈਟਸ ਸ਼ੇਅਰ ਅ ਮੀਲ ਕੀ ਕਰਨ ਜਾ ਰਿਹਾ ਹੈ, ਐਂਡ ਤੁਸੀਂ ਵੀ ਕਿਸ ਤਰ੍ਹਾਂ ਉਹਨਾਂ ਦੇ ਨਾਲ ਜੁੜ ਕੇ ਇਸ ਔਰਗਨਾਈਜੇਸ਼ਨ ਦੀ ਸਪੋਰਟ ਕਰ ਸਕਦੇ ਹੋ। ਸਭ ਤੋਂ ਪਹਿਲੇ ਕੋਮਲ ਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਜਿਨ੍ਹਾਂ ਨੂੰ ਨਹੀਂ ਪਤਾ, ਉੱਦਾਂ ਤਾਂ ਸਾਰਿਆਂ ਨੂੰ ਪਤਾ ਆਪਣੀ ਕਮਿਊਨਿਟੀ ਵਿੱਚ ਲੈਟਸ ਸ਼ੇਅਰ ਅ ਮੀਲ ਕੀ ਹੈਗਾ, ਬਟ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਲਈ ਸਾਨੂੰ ਦੱਸੋ ਕਿ ਲੈਟਸ ਸ਼ੇਅਰ ਅ ਮੀਲ ਦੀ ਕੀ ਫਿਲੋਸਫੀ ਹੈ, ਕਦੋਂ ਇਹ ਸ਼ੁਰੂ ਹੋਈ ਔਰਗਨਾਈਜੇਸ਼ਨ ਅਤੇ ਕਿਸ ਕਾਰਨ ਕਰਕੇ ਸ਼ੁਰੂ ਹੋਈ। ਜਿੱਦਾਂ ਤੁਸੀਂ ਸ਼ੁਰੂਆਤ ਕੀਤੀ ਹੈ ਨਾ, ਗੁਰੂ ਨਾਨਕ ਦੇਵ ਜੀ ਦਾ 550ਵਾਂ ਸਾਲ ਸੀ ਸਾਡੇ ਪਹਿਲੇ ਗੁਰੂ ਨੇ ਉਹ, ਅਤੇ ਉਹਨਾਂ ਦੀ ਫਿਲੋਸਫੀ 'ਤੇ ਵੰਡ ਛਕਣਾ 'ਤੇ ਉਹਨਾਂ ਦੀ ਜਿਹੜੀ ਸੱਚਾ ਸੌਦਾ ਦੀ ਸਾਖੀ ਸੀ, ਜਿੱਥੋਂ ਲੰਗਰ ਦੀ ਪ੍ਰਥਾ ਸ਼ੁਰੂ ਹੋਈ ਹੈ ਸਾਡੇ ਧਰਮ ਵਿੱਚ। ਸਾਰਾ ਸਿੱਖ ਧਰਮ ਇੰਨਾ ਮੰਨਦਾ, ਇੰਨੀ ਸੇਵਾ ਕਰਦਾ, ਹਰ ਗੁਰਦੁਆਰੇ ਵਿੱਚ ਤੁਸੀਂ ਜਾਓ ਲੰਗਰ ਮਨਾਇਆ ਬੰਨਿਆ ਜਾਂਦਾ, ਵੰਡਿਆ ਜਾਂਦਾ। ਉੱਥੋਂ ਹੀ ਸਾਡੇ ਵੀ ਜਿਹੜੇ ਹੈ ਲੀਡਰ ਓਂਕਾਰ ਸਿੰਘ ਜੀ ਅਤੇ ਤਲਵਿੰਦਰ ਜੀ ਸਾਡੇ ਨਾਲ ਬੈਠੇ ਹੈ, ਇਹ ਬੈਠੇ ਸੀ ਅਤੇ ਸੋਚ ਰਹੇ ਸੀ ਕੁਛ ਆਪਾਂ ਕਰੀਏ ਹੈ ਨਾ ਸਾਡੀ ਕਮਿਊਨਿਟੀ ਵਾਸਤੇ, ਜਿੱਥੋਂ ਸਾਡੀ ਅਵੇਅਰਨੈਸ ਆਏ। ਦੈਟਸ ਹਾਊ ਦੇ ਸਟਾਰਟਡ ਲੈਟਸ ਸ਼ੇਅਰ ਅ ਮੀਲ। ਸੋ ਇਹ ਸਾਡੀ ਔਰਗਨਾਈਜੇਸ਼ਨ ਸ਼ੁਰੂ ਹੋਈ ਸੀ 2012 ਵਿੱਚ, ਸੋ 8 ਸਾਲ ਹੋ ਗਏ। 2020 ਵੀ ਆਰ ਇਨ ਟੂ ਦ 8th ਈਅਰ। ਅਤੇ ਇੱਥੇ ਅਸੀਂ ਗੁਰਦੁਆਰਾ ਨਾਨਕ ਨਾਮ ਜਹਾਜ ਜਰਸੀ ਸਿਟੀ, ਉੱਥੇ ਸਾਰੇ ਵਾਲੰਟੀਅਰਸ ਇਕੱਠੇ ਹੋ ਕੇ ਲੰਗਰ ਬਣਾਉਂਦੇ ਨੇ। ਫਰੈਸ਼ਲੀ ਪ੍ਰਿਪੇਅਰਡ ਸਾਡੀ ਵੈਜੀਟੇਰੀਅਨ ਮੀਲਸ ਹੁੰਦੀਆਂ, ਅਤੇ ਅਸੀਂ ਟ੍ਰਾਈ ਸਟੇਟ ਏਰੀਆ ਵਿੱਚ ਨਿਊਯਾਰਕ, ਨਿਊ ਜਰਜ਼ੀ, ਫਿਲਾਡੈਲਫੀਆ, ਉੱਥੇ ਜਾ ਕੇ ਹੋਮਲੈਸ ਸ਼ੈਲਟਰਸ ਵਿੱਚ ਅਤੇ ਸੜਕਾਂ 'ਤੇ ਵੀ ਅਸੀਂ ਲੰਗਰ ਲਗਾਉਂਦੇ ਹਾਂ, ਅਤੇ ਜਿਨ੍ਹਾਂ ਨੂੰ ਲੋੜਵੰਦ ਲੋਕ ਉਹਨਾਂ ਨੂੰ ਖਵਾਉਂਦੇ ਹਾਂ। ਇਸ ਤੋਂ ਵਧੀਆ ਕੀ ਇੱਕ ਐਕਟੀਵਿਟੀ ਹੋ ਸਕਦੀ ਹੈ ਜੋ ਲੋਕਾਂ ਨੂੰ ਦੱਸੇ ਕਿ ਸਿੱਖੀ ਧਰਮ ਕੀ ਪ੍ਰਚਾਰ ਕਰਦਾ ਹੈ, ਰਾਈਟ? ਤਲਵਿੰਦਰ ਜੀ, ਤਲਵਿੰਦਰ ਸਿੰਘ ਕਹਿ ਲਾ, ਤੁਸੀਂ ਸਾਡੇ ਨਾਲ ਬੜੇ ਪੁਰਾਣੇ ਤੋਂ ਜੁੜੇ ਹੋਏ ਹੋ, ਕੀ ਪਰਪਸ ਸੀਗਾ ਇਸ ਪੂਰੀ ਔਰਗਨਾਈਜੇਸ਼ਨ ਦੇ ਪਿੱਛੇ, ਅਤੇ ਕੀ ਵਿਜ਼ਨ ਸੀਗਾ ਜਿਹਦੇ ਨਾਲ ਇਹ ਕੰਮ ਸ਼ੁਰੂ ਹੋਇਆ? ਸੋ ਪਹਿਲਾਂ ਜੀ, ਥੈਂਕ ਯੂ ਫੋਰ ਹੋਸਟਿੰਗ ਅਸ। ਅਤੇ ਇਹ ਜੀ ਆਪਣੇ ਜਦੋਂ ਓਂਕਾਰ ਭਾਅ ਜੀ ਹੁਣੇ ਹੈਗੇ ਆ, ਵੈਲ ਨੋਨ ਹੈਗੇ ਕਮਿਊਨਿਟੀ ਦੇ ਵਿੱਚ, ਤਾਂ ਉਹਨਾਂ ਦੀ ਨੇਚਰ ਹੀ ਹੁੰਦੀ ਹੈ ਕਿ ਡੂ ਸਮਥਿੰਗ ਡਿਫਰੈਂਟ, ਅਤੇ ਜਿਨ੍ਹਾਂ ਦਾ ਕੁਛ ਭਲਾ ਹੋ ਸਕੇ ਐਂਡ ਦ ਕਮਿਊਨਿਟੀ ਨੂੰ ਸਹੀ ਕਿਸੇ ਗਾਈਡ ਲਾਈਨ 'ਤੇ ਪਾਇਆ ਜਾਵੇ। ਅਤੇ ਇਹ ਜਿਹੜੀ ਔਰਗ ਸੀਗੀ ਆਪਣੇ ਲੈਟਸ ਸ਼ੇਅਰ ਅ ਮੀਲ ਜਦੋਂ ਸ਼ੁਰੂ ਹੋਈ ਹੈ, ਤਾਂ 3 ਜਾਂ 4 ਮੇਨ ਵਿਜ਼ਨ ਸੀਗੇ। ਇੱਕ ਤਾਂ ਆਪਾਂ ਸਾਰੇ ਜਿੱਦਾਂ ਗੁਰਦੁਆਰਾ ਸਾਹਿਬ ਆ, ਉਹਨਾਂ ਨੂੰ ਇੱਕ ਪ੍ਰੋਜੈਕਟ ਮਿਲ ਜਾਵੇ ਸਾਰਿਆਂ ਨੂੰ, ਜਾਂ ਜਿਹੜੇ ਵਲੰਟੀਅਰਸ ਹੈਗਾ, ਟੂ ਪੁੱਟ ਐਨਰਜੀ ਸਮਵੇਅਰ ਇਨ ਪੋਜ਼ਿਟਿਵ ਸਾਈਡ, ਠੀਕ ਹੈ ਜੀ। ਸੈਕਿੰਡ, ਇਹ ਜਿੱਦਾਂ ਹੋਮਲੈਸ ਸ਼ੈਲਟਰਸ ਜਿੱਦਾਂ ਪਿੱਕ ਕਰਦੇ ਹਾਂ, ਰਾਈਟ? ਅਤੇ ਉੱਥੇ ਅਸੀਂ ਜਦੋਂ ਜਾਂਦੇ ਹਾਂ, ਵੀ ਮੇਕ ਸ਼ੋਰ ਕਿ ਜਦ ਅਸੀਂ ਗੁਰੂ ਸਾਹਿਬ ਦੇ ਜਿੱਦਾਂ ਹੂ ਆਰ ਸਿੱਖਸ, ਸਾਡੀ ਕੀ ਵੈਲਿਊਸ ਆ, ਰਾਈਟ? ਅਤੇ ਜਿੱਦਾਂ 5, 6 ਜਾਂ 10 ਜਿਹੜੇ ਗਰੁੱਪਸ ਵਿੱਚ ਜਾਂਦੇ, ਰਾਈਟ, ਵੀ ਮੇਕ ਸ਼ੋਰ ਕਿ ਸਾਡੇ ਟਰਬਨਸ ਬੰਨੀਆਂ ਹੋਈਆਂ ਆ, ਰਾਈਟ? ਐਂਡ ਗੁਰਸਿੱਖ ਉਹਦੇ ਵਿੱਚ ਹੈਗੇ ਆ। ਸੋ ਦੈਨ ਜਿਹੜੇ ਲੈਸ ਆਪਣੇ ਹੋਮਲੈਸ ਚਾਹੀਦਾ ਆ, ਸੋ ਦੈਨ ਦੇ ਨੋ ਹੂ ਆਰ ਸਿੱਖਸ, ਕਿੱਦਾਂ ਦੇ ਕਰਦੇ ਆ, ਰਾਈਟ? ਜਿਹੜੇ ਸਾਡੇ ਜਿੱਦਾਂ ਸਾਡੀ ਵੈਲਿਊਸ ਕੀ ਹੈ, ਸਿੱਖ ਵੈਲਿਊਸ, ਉਹ ਪਤਾ ਲੱਗ ਜਾਂਦਾ। ਥਰਡ, ਜਦੋਂ ਅਸੀਂ ਆਪਣੇ ਤੁਸੀਂ ਸਾਨੂੰ ਕਵਰ ਵੀ ਕਰਦੇ ਹੁੰਦੇ ਹਾਂ, ਤੁਸੀਂ ਗੁਰਦੁਆਰਾ ਸਾਹਿਬ ਆਉਂਦੇ ਹੁੰਦੇ ਹੋ, ਐਂਡ ਯੂ ਸੀ ਲੋਟ ਆਫ ਕਿਡਸ ਆਰ ਇਨਵੋਲਵਡ, ਯੈਸ ਯੈਸ, ਉਹ ਰਾਈਟ, 4 ਈਅਰਸ ਤੋਂ ਲੈ ਕੇ ਟੀਨੇਜ ਜਿਹੜੇ ਹੁੰਦੇ ਆ, ਸੋ ਦੇ ਪ੍ਰਪੇਅਰ ਦ ਫੂਡ, ਸੋ ਉਹਨਾਂ ਨੂੰ ਜਿਹੜੀ ਸੇਵਾ ਭਾਵਨਾ ਆ, ਰਾਈਟ, ਉਹ ਸਿੱਖਣ ਨੂੰ ਮਿਲਦੀ ਹੈ, ਸਾਡੀ ਜਿਹੜੀ ਸੇਵਾ ਭਾਵਨਾ ਹੈਗੀ ਕੀ ਆ। ਦੈਨ ਦੇ ਗੋ ਟੂ ਦੋਜ਼ ਸ਼ੈਲਟਰਸ, ਫਿਰ ਸਾਨੂੰ ਆਪਣੀ ਇੱਕ ਹੋਰ ਵੈਲਿਊ ਪਤਾ ਲੱਗਦੀ ਕਿ ਸਾਡੇ ਤੋਂ ਕੀ ਹੈ, ਵੈਨ ਵੀ ਆਰ ਗਿਵਿੰਗ ਲੈਸਨਸ ਟੂ ਅਵਰ ਕਿਡਸ, ਦੈਨ ਵੀ ਦੇ ਕਮ ਟੂ ਫਾਈਂਡ ਆਊਟ ਕਿ ਹਾਓ ਬਲੈਸਡ ਵੀ ਆਰ, ਰਾਈਟ? ਸੋ ਇਹਦੇ ਵਿੱਚ ਕਿੰਨੇ ਤੁਹਾਡੇ ਜਿਹੜੇ ਮਕਸਦ ਆ ਉਹ ਕਵਰ ਹੋ ਜਾਂਦੇ। ਸਪੈਸ਼ਲੀ ਜਦੋਂ ਸ਼ੁਰੂ ਹੋਈ ਹੈ ਆਪਣੇ ਲੈਟਸ ਸ਼ੇਅਰ ਅ ਮੀਲ, ਨਿਊ ਜਰਸੀ ਦੇ ਵਿੱਚ ਕਾਫੀ ਹੇਟ ਕ੍ਰਾਈਮ ਸੀਗੇ, ਸੋ ਜਿਹੜੇ ਪੀਪਲ ਆਪਣੇ ਨਿਊਜ਼ ਪੇਪਰ ਨਹੀਂ ਪੜ੍ਹਦੇ, ਲੈਟਸ ਸੇ ਜਿਹੜੇ ਹੋਮਲੈਸ ਸ਼ੈਲਟਰਸ ਹੁੰਦੇ, ਰਾਈਟ, ਮੋਸਟਲੀ ਦੇ ਅਟੈਕ,
ਪੜ੍ਹਿਆ ਲਿਖਿਆ ਜਾਂ ਜਿਹੜਾ ਬਿਜ਼ਨਸ ਉਹਨੇ ਤਾਂ ਕਰਨਾ ਨਹੀਂ ਕਰਨਾ ਸੋ ਇਨਡਾਇਰੈਕਟਲੀ ਉਹ ਜਦੋਂ ਸਾਨੂੰ ਦੇਖਦੇ ਆ ਸੋ ਜਿਹੜੀ ਮਿਸ ਆਇਡੈਂਟੀਟੀ ਦਾ ਕੋਈ ਇਸ਼ੂ ਸੀਗਾ ਇੱਕ ਸਾਡਾ ਉਹ ਰਿਜ਼ੋਲਵ ਹੁੰਦਾ ਸੋ ਸੇਵਾ ਦੇ ਨਾਲ ਨਾਲ ਸਾਡੇ ਕਮਿਊਨਿਟੀ ਦੇ ਤਿੰਨ ਚਾਰ ਹੋਰ ਜਿਹੜੇ ਇਸ਼ੂ ਸੀ ਬਰਨਿੰਗ ਸ਼ੋ ਉਹ ਰਿਜ਼ੋਲਵ ਹੁੰਦੇ ਆ ਸਾਡੇ ਬੱਚੇ ਜਿਹੜੇ ਨਿਆਣੇ ਆ ਉਹਨਾਂ ਨੂੰ ਪਤਾ ਲੱਗਦਾ ਸੋ ਇਟਸ ਮਲਟੀ ਡਾਇਮੈਂਸ਼ਨ ਆਪਣੇ ਆਈ ਥਿੰਕ ਐਬਸੋਲੂਟਲੀ ਤੁਸੀਂ ਇੰਨੇ ਸਾਰੇ ਗੋਲ ਅਕੰਪਲਿਸ਼ ਕਰ ਰਹੇ ਹੋ ਨਾਲ ਇੱਕ ਚੈਰੀਟੇਬਲ ਕੰਮ ਕਰ ਰਹੇ ਹੋ ਜਿਹਦੇ ਨਾਲ ਸਿੱਖੀ ਦੀ ਵੀ ਐਡਵਾਂਸਮੈਂਟ ਹੁੰਦੀ ਹੈ ਇਹ ਤਾਂ ਚਲੋ ਹੋ ਗਿਆ ਕਿ ਔਰਗਨਾਈਜੇਸ਼ਨ ਦੀ ਫਾਊਂਡਿੰਗ ਸੀਗੀ ਕਿ ਤੁਹਾਡਾ ਪਾਸਟ ਰਿਹਾ ਹੈ ਹੁਣ ਸਾਡੀ ਆਡੀਅੰਸ ਨੂੰ ਦੱਸੋ ਤੁਸੀਂ ਅੱਜ ਪਹੁੰਚੇ ਹੋ ਸਾਡੇ ਨਾਲ ਲਾਈਵ ਸ਼ੋਅ 'ਤੇ ਬੈਠੇ ਹੋ ਅੱਜ ਤੁਸੀਂ ਇੱਥੇ ਕਿਸ ਕਰਕੇ ਆਏ ਹੋ ਅਸੀਂ ਬੇਸਿਕਲੀ ਇਹੀ ਸਾਰਿਆਂ ਨੂੰ ਮੈਸੇਜ ਦੇਣ ਕਿ ਅਸੀਂ ਸਾਡੀ ਫੂਡ ਡਰਾਈਵ ਆ ਰਹੀ ਹੈ ਐਨੂਅਲ ਫੂਡ ਡਰਾਈਵ 25th ਅਤੇ 26th ਜਨਵਰੀ ਨੂੰ ਅਤੇ ਸਾਰੇ ਜੋ ਲੋਕ ਹੈ ਇੱਥੇ ਨਿਊ ਜਰਸੀ ਟ੍ਰਾਈ ਸਟੇਟ ਏਰੀਆ ਵਿੱਚ ਲੋਕ ਆਉਂਦੇ ਨਿਊਯਾਰਕ ਤੋਂ ਵੀ ਕਈ ਸਾਡੇ ਕੋਲ ਇਹੋ ਜਿਹੇ ਵਾਲੰਟੀਅਰਸ ਹਨ ਜੋ ਸਪੈਸ਼ਲੀ ਕਨੈਕਟੀਕਟ ਤੋਂ ਵੀ ਆ ਰਹੇ ਆਪਣੇ ਟਰੈਵਲਸ ਪਲਾਨ ਕਰਕੇ ਉਹ ਆਉਂਦੇ ਇੱਥੇ ਆ ਕੇ ਗੁਰਦੁਆਰੇ ਸੇਵਾ ਕਰਦੇ ਆ ਕਿਉਂਕਿ ਸਾਡੀ ਸਾਰੀ ਔਰਗਨਾਈਜੇਸ਼ਨ ਹੈ ਜਿਹੜੀ ਉਹ ਵਾਲੰਟੀਅਰਸ ਹੀ ਚਲਾਉਂਦੇ ਹੈ ਕਿ ਫਰੋਮ ਟੋਪ ਹੈਡ ਤੋਂ ਲੈ ਕੇ ਸਾਰੇ ਸਿਰਫ ਸੇਵਾ ਦੇ ਭਾਵ ਨਾਲ ਹੀ ਇਹ ਚੱਲਦੀ ਹੈ ਅਤੇ ਸਾਰਾ ਕੁਝ ਉੱਥੇ ਹੀ ਹੁੰਦਾ ਅਤੇ ਸਾਡੇ ਕੋਲ ਤਕਰੀਬਨ ਹਰ ਸਾਲ 400-500 ਵਾਲੰਟੀਅਰ ਆ ਕੇ ਸੇਵਾ ਕਰਦਾ ਉੱਥੇ ਉਹੀ ਜਿੱਦਾਂ ਕਹਿ ਰਹੇ ਸੀਗੇ ਤਲਵਿੰਦਰ ਜੀ ਬੱਚੇ 4 ਸਾਲ ਤੋਂ ਲੈ ਕੇ ਸਾਡੇ ਕੋਲ 80 ਸਾਲ ਤੱਕ ਸਾਰੀ ਏਜ 'ਚ ਹੁੰਦੇ ਹੈ ਅਤੇ ਅਸੀਂ ਸਾਰੇ ਵਾਲੰਟੀਅਰਸ ਨੂੰ ਰਿਕੁਐਸਟ ਕਰਾਂਗੇ ਜਿਹੜੇ ਜਿਹੜੇ ਹੈ ਅਵੇਲੇਬਲ ਇਸ ਵੀਕਐਂਡ ਤੁਸੀਂ ਆਓ ਗੁਰੂ ਨਾਨਕ ਨਾਨਕ ਨਾਮ ਜਾਜ ਗੁਰਦੁਆਰਾ ਜਰਸੀ ਸਿਟੀ ਉੱਥੇ ਆ ਕੇ ਸੇਵਾ ਕਰੋ ਅਤੇ ਸਾਡੀ ਹੈਲਪ ਕਰੋ ਅਤੇ ਕੋਮਲ ਜੀ ਯੂ ਨੋ ਆਈ ਐਮ ਸੋ ਗਲੈਡ ਤੁਸੀਂ ਇਹ ਫੂਡ ਡਰਾਈਵ ਬਾਰੇ ਸਾਰਿਆਂ ਨੂੰ ਦੱਸਿਆ ਅਤੇ ਥੋੜ੍ਹੀ ਜਿਹੀ ਬੈਕਗਰਾਊਂਡ ਦਿੱਤੀ ਜਿਨ੍ਹਾਂ ਨੂੰ ਮਤਲਬ ਪੂਰਾ ਹਾਲੇ ਵੀ ਅੰਦਾਜ਼ਾ ਨਹੀਂ ਹੈਗਾ ਕਿਸ ਸਕੇਲ 'ਤੇ ਤੁਸੀਂ ਕੰਮ ਕਰ ਰਹੇ ਹੋ ਕਿਸ ਵੱਡੇ ਲੈਵਲ 'ਤੇ ਤੁਹਾਡਾ ਇੰਪੈਕਟ ਹੋ ਰਿਹਾ ਇਸ ਔਰਗਨਾਈਜੇਸ਼ਨ ਦੇ ਕੰਮ ਦਾ ਸਾਨੂੰ ਦੱਸੋ ਕਿ ਤੁਸੀਂ ਸਪੈਸੀਫਿਕਲੀ ਕਿੰਨੇ ਲੋਕਾਂ ਨੂੰ ਹੈਲਪ ਕਰਦੇ ਹੋ ਜੋ ਤੁਹਾਡੇ ਨੰਬਰਸ ਅੱਜ ਤੱਕ ਹੈਗੇ ਅਤੇ ਕਿੰਨੇ ਸ਼ੈਲਟਰਸ ਨਾਲ ਤੁਸੀਂ ਜੁੜੇ ਹੋਏ ਹੋ ਅਸੀਂ ਇਸ ਸਾਲ 8,000 ਮੀਲਸ ਸਰਵ ਕਰ ਰਹੇ ਹਾਂ ਅਕਰੋਸ 80 ਸ਼ੈਲਟਰਸ ਜਿੱਦਾਂ ਮੈਂ ਕਿਹਾ ਟ੍ਰਾਈ ਸਟੇਟ ਏਰੀਆ ਸਾਡੇ ਕੋਲ ਨਿਊ ਜਰਸੀ ਵੀ ਹੈ ਨਿਊਯਾਰਕ ਵੀ ਹੈ ਕਨੈਕਟੀਕਟ ਵੀ ਹੈ ਔਰ ਫਿਲੇਡੈਲਫੀਆ ਵੀ ਹੈ ਅਤੇ 80 ਸ਼ੈਲਟਰਸ ਅਕਰੋਸ ਅਤੇ ਅਸੀਂ ਹੋਪ ਕਰ ਰਹੇ ਹਾਂ ਕਿ ਯੂ ਨੋ ਐਵਰੀ ਈਅਰ ਵੀ ਇਨਕਰੀਜ਼ ਆਰ ਨੰਬਰਸ ਬਟ 8,000 ਮੀਲਸ ਅਕਰੋਸ ਐਂਡ ਇਟ ਸ਼ੁੱਡ ਬੀ ਅਕਰੋਸ ਦ ਕੰਟਰੀ ਯੈਸ ਐਬਸੋਲੂਟਲੀ ਐਂਡ ਦ 80 ਸ਼ੈਲਟਰਸ ਆਰ ਇਨ ਨਿਊ ਜਰਸੀ ਇਨ ਨਿਊਯਾਰਕ ਐਂਡ ਪੈਨਸਿਲਵੇਨੀਆ ਵਾਓ ਐਂਡ ਜੋ ਤੁਹਾਡੀ ਵਾਲੰਟੀਅਰਸ ਦੀ ਟੀਮ ਹੈ ਇਹੋ ਹੀ ਟੀਮ ਜਾਂਦੀ ਹੈ ਸਾਰੀ ਸ਼ੈਲਟਰਸ 'ਤੇ ਹਾਂਜੀ ਬਿਲਕੁਲ ਕਿੰਨੀ ਵੱਡੀ ਸੇਵਾ ਹੈ ਅਤੇ ਬੇਸਿਕਲੀ ਇਹ ਤਾਂ ਹੋ ਗਿਆ ਕਿ ਯੂ ਨੋ ਜੋ ਤੁਸੀਂ ਕੰਮ ਕਰ ਰਹੇ ਹੋ ਬਟ ਇਸ ਕੰਮ ਪਿੱਛੇ ਵੀ ਇੱਕ ਬੜਾ ਇੰਟੈਂਸਿਵ ਪ੍ਰੋਸੈਸ ਹੈਗਾ ਰਾਈਟ ਸੋ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਚਾਹੀਏ ਸ਼ਾਇਦ ਉਹ ਇਨਵੋਲਵ ਹੋਣਾ ਚਾਹੁੰਦੇ ਹੋਣ ਜਾਂ ਤੁਹਾਡੀ ਹੋਰ ਕਿਸੇ ਤਰ੍ਹਾਂ ਹੈਲਪ ਕਰਨਾ ਚਾਹੁੰਦੇ ਹੋ ਲੈਸ਼ ਰਮੀਲ ਦੀ ਉਹਨਾਂ ਨੂੰ ਥੋੜ੍ਹਾ ਜਿਹਾ ਦੱਸੋ ਕਿ ਕੀ ਪ੍ਰੋਸੈਸ ਹੈ ਕਿਸ ਤਰ੍ਹਾਂ ਤੁਸੀਂ ਫੂਡ ਨੂੰ ਕਲੈਕਟ ਕਰਕੇ ਫਿਰ ਡਿਸਟ੍ਰੀਬਿਊਟ ਕਰਦੇ ਹੋ ਕਿਸ ਤਰ੍ਹਾਂ ਤੁਹਾਡੇ ਸ਼ੈਲਟਰਸ ਮਤਲਬ ਬੇਸਿਕਲੀ ਵਾਕ ਅਸ ਥਰੂ ਕਿ ਤੁਹਾਡਾ ਕੀ ਪ੍ਰੋਸੈਸ ਹੈ ਫਸਟ ਆਫ ਆਲ ਜੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਆਉਂਦਾ ਇਸ ਟਾਈਮ 'ਤੇ ਅਸੀਂ ਥੋੜ੍ਹਾ ਲੇਟ ਹੈ ਕਿਉਂਕਿ ਅਸੀਂ ਐਸ ਯੂ ਨੋ ਕਿ ਵਨਨੈਸ ਬਾਬਾ ਜੀ 550 ਸਾਲ ਮਨਾਉਣ ਲਈ ਵੱਡੇ ਸਕੇਲ 'ਤੇ ਇੱਥੇ ਆਪਣੇ ਸੈਲੀਬ੍ਰੇਟ ਕੀਤਾ ਸੀ ਉਸ ਲਈ ਥੋੜ੍ਹਾ ਲੇਟ ਹੋ ਗਿਆ ਬਟ ਮੋਸਟਲੀ ਵੀ ਡੂ ਇਟ ਜਦੋਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੁੰਦਾ ਜੀ ਸੋ ਉਹਦੇ 'ਚ ਉਸੇ ਡੇਟ ਕੋਈ ਸੈੱਟ ਕਰਕੇ ਦੈਨ ਵੀ ਕਾਲ ਈਚ ਹੋਮਲੈਸ ਸ਼ੈਲਟਰ ਲੈਸ ਜਿੱਦਾਂ 80 LS ਦੇ ਵਿੱਚ ਵੀ ਟਰਾਈ ਟੂ ਕਾਲ ਦੈਮ ਕੋਆਰਡੀਨੇਟ ਕਿ ਅਸੀਂ ਇਸ ਦਿਨ ਆਹ ਡੇਟ ਆ ਵੀ ਵਾਂਟ ਟੂ ਕਮ ਐਂਡ ਸਰਵ ਵੈਜੀਟੇਰੀਅਨ ਫੂਡ ਸੋ ਇਫ ਦੇ ਅਲਾਓ ਅਸ ਸੋ ਦੈਨ ਵੀ ਗੈਦਰ ਲਾਈਕ ਲੈਟਸ ਸੇ ਇਨ ਵਨ ਹੋਮਲੈਸ ਸ਼ੈਲਟਰ ਵੀ ਵਿਲ ਟੇਕ ਬਰੀਟੋਸ ਬੀਨਸ ਰਾਈਸ ਪੰਚੇ ਪਾਸਤਾ ਮਕਰੋਨੀ 5-7 ਆਈਟਮਾਂ ਹੋ ਜਾਂਦੀਆਂ ਰਾਈਟ ਸੋ 6-7 ਆਈਟਮਸ ਨੂੰ ਦੈਨ ਵੀ ਹੈਵ ਵਲੰਟੀਅਰ ਟੀਮਸ ਜਿਹੜੀਆਂ 2-2-3-3 ਵੀਕ ਤੋਂ ਪਹਿਲਾਂ ਲਿਸਟ ਬਣਾਉਣੀ ਕਿੰਨੀ ਕੁਆਂਟਿਟੀ ਚਾਹੀਦੀ ਹੈ ਕਿਸ ਸ਼ੈਲਟਰ ਦੇ ਵਿੱਚ ਕਿਸੇ 'ਚ 200 ਬੰਦਾ ਹੋਣਾ ਕਿਸੇ 'ਚ 500 ਹੋਣਾ ਰਾਈਟ ਸੋ ਹਰੇਕ ਸ਼ੈਲਟਰ ਨੂੰ ਤੁਸੀਂ ਉਹ ਕੋਆਰਡੀਨੇਟ ਕਰਨਾ ਦੈਨ ਯੂ ਨੀਡ ਟੂ ਗੋ ਟੂ ਗਰੋਸਰੀ ਗੈਟ ਆਲ ਦਿਸ ਗਰੋਸਰੀ ਫੋਰ 8,000 ਪੀਪਲ ਔਨ ਸੈਚਰਡੇ ਸੰਡੇ ਵੀ ਗੋਇੰਗ ਟੂ ਸਰਵ ਰਾਈਟ ਉਹ ਹੋ ਗਈ ਤੇ ਉਦੋਂ ਬਾਅਦ ਉਹਨਾਂ ਨੂੰ ਡਿਸਪੈਚ ਉਹ ਟਾਈਮ ਦੇ ਦਿੰਦੇ ਤੁਹਾਨੂੰ ਜੀ ਵੀ ਕੋਈ ਸ਼ੈਲਟਰ ਨੂੰ ਅਸੀਂ ਬ੍ਰੇਕਫਾਸਟ ਸਰਵ ਕਰਨਾ ਕਿਸੇ ਨੂੰ ਅਸੀਂ ਲੰਚ ਕਰਨਾ ਕਿਸੇ ਨੂੰ ਡਿਨਰ ਕਰਨਾ ਸੋ ਦੈਨ ਵੀ ਜਿਸ ਦੀ ਉਸ ਹੋਮਲੈਸ ਸ਼ੈਲਟਰ ਦੀ ਸਮਰੱਥਾ ਹੈ ਸੌ ਜਾਂ ਉਸੇ ਤਰ੍ਹਾਂ ਅਸੀਂ ਟੀਮ ਤਿਆਰ ਕਰੀਦੀ ਦੈਨ ਵੀ ਡਿਸਪੈਚ ਯੂ ਹਾਲ ਦੇ ਅਸੀਂ ਟਰੱਕ ਰੈਂਟਲ ਕੀਤੇ ਹੁੰਦੇ ਆ ਜਾਂ ਆਪਣੇ ਇੰਡੀਵਿਜੁਅਲ ਪਿਕਅਪ ਟਰੱਕਸ ਹੁੰਦੇ ਉਹਨਾਂ ਵਿੱਚ ਰੱਖ ਕੇ ਵੀ ਨੀਡ ਮੇਕ ਸ਼ੋਰ ਕਿ ਉੱਥੇ ਫੂਡ ਉਹਨਾਂ ਜਾਣਾ ਉਸ ਤੋਂ ਬਾਅਦ ਵੀ ਮੇਕ ਸ਼ੋਰ ਗਰੁੱਪ ਦੇ ਵਿੱਚ ਜਿਹੜਾ ਸਾਡਾ ਕੋਈ ਟਰਬਨ ਵਾਲੇ ਜਾਂ ਜਿਹੜੇ ਸਾਡੇ ਬਿਹਾਈਂਡ ਦਾ ਸੀਨਸ ਆਈਡੈਂਟੀਟੀ ਵਾਲੇ ਜਿਹੜੇ ਅਸੀਂ ਇਕੱਲਾ ਫੂਡ ਨੇਗਾ ਬਿਹਾਈਂਡ ਦਾ ਸੀਨਸ ਜਿਹੜੇ ਓਬਜੈਕਟਿਵਸ ਆ ਉਹ ਕਰਨੇ ਫਿਰ ਉਸ ਤੋਂ ਬਾਅਦ ਆਪਣੇ ਉਹ ਲੈ ਕੇ ਜਾਣਾ ਅਸੀਂ ਨਿਆਣੇ ਦੀ ਰਿਸਪੋਂਸੀਬਿਲਟੀ ਲੋਟ ਆਫ
I can imagine. Nahi, but eh cheez dasni badi important hai because lokan nu pata hona chahida hai is tarah da kam ikko din vich nahi ho janda. But apa itthe rukde ek chote ji break layi jadon apa wapas aake tuhanu vi dassange tusi kidda involve ho sakde ho. Let's share a meal de naal jude raho. ਨਾਲ ਕਿ ਕੀ ਉਸ ਆਰਗੇਨਾਈਜੇਸ਼ਨ ਦੀ ਫਿਲਾਸਫੀ ਹੈ ਜੋ ਵੰਡ ਛਕੋ ਦਾ ਕੰਮ ਕਰ ਰਹੀ ਹੈ ਯੂਨਾਈਟਿਡ ਸਟੇਟਸ ਵਿੱਚ. ਤਲਵਿੰਦਰ ਜੀ ਅਤੇ ਕੋਮਲ ਜੀ ਮੇਰੇ ਨਾਲ ਜੁੜੇ ਹੋਏ ਹੈ. ਤਲਵਿੰਦਰ ਜੀ, ਤੁਸੀਂ ਸਾਨੂੰ ਡੀਟੇਲ ਵਿੱਚ ਦੱਸਿਆ ਕੀ ਪ੍ਰੋਸੈਸ ਹੈ ਤੁਹਾਡਾ ਮੀਲਸ ਪ੍ਰਪੇਅਰ ਅਤੇ ਸ਼ੇਅਰ ਕਰਨ ਦਾ. ਕੋਮਲ ਜੀ, ਤੁਸੀਂ ਦੱਸ ਰਹੇ ਸੀ ਕਿ 8000 ਮੀਲਸ ਡਿਸਟ੍ਰੀਬਿਊਟ ਹੋ ਚੁੱਕੇ ਹੈ ਅਤੇ 80 ਸ਼ੈਲਟਰਸ ਦੇ ਨਾਲ ਤੁਸੀਂ ਕੰਮ ਕਰਦੇ ਹੋ ਅੱਜ ਦੀ ਡੇਟ ਦੇ ਵਿੱਚ. ਤੁਹਾਨੂੰ ਕੀ ਲੱਗਦਾ ਕਿ ਇਸ ਤਰ੍ਹਾਂ ਦੇ ਕੰਮ ਦੀ ਕੀ ਲੋੜ ਹੈ? ਸੋ ਫਸਟ ਆਫ ਆਲ ਜੀ, ਤੁਸੀਂ ਜਿੱਦਾਂ ਦੱਸਿਆ ਇਸ ਮਲਟੀ ਆਪਣੇ ਉਹਦੇ 'ਚ ਓਬਜੈਕਟਿਵਸ ਤੁਹਾਡੇ ਹੋ ਜਾਂਦੇ, ਰਾਈਟ? ਬਟ ਜਦੋਂ ਤੁਸੀਂ ਇਸ ਸਿਸਟਮ ਦੇ ਵਿੱਚ ਰਹਿਣਾ, ਯੂ ਨੀਡ ਟੂ ਰੈਕੋਗਨਾਈਜ਼ਡ, ਰਾਈਟ? ਐਜ਼ ਵੀ ਆਲਵੇਜ਼ ਗਿਵ ਐਗਜ਼ਾਮਪਲ ਆਫ ਜੂਇਸ਼ ਕਮਿਊਨਿਟੀ, ਸਮਾਲ ਅਮਾਊਂਟ ਬਟ ਦੇ ਹੈਵ ਬਿਗ ਇੰਪੈਕਟ ਔਨ ਇਨ ਦਿਸ ਕੰਟਰੀ, ਰਾਈਟ? ਸੋ ਉਸੇ ਤਰ੍ਹਾਂ ਜੇ ਓਬਜੈਕਟਿਵ ਤੁਸੀਂ if we leave our objectives behind, jo tanu pata hona ki NGO state ne apne sikh awareness jehda sikh awareness month siga onu recognize kita, to ohde jo thanksgiving da siga jadon when we go there we pick Guru Nanak Dev ji da jehda gurpurb hai, thanksgiving de November de vich aunda utthe, right? So even though we do it from our angle, they take it from thanksgiving their angle. So ohde jo NGO assembly ne recognize kita, they mentioned specially let's tin char hor organization kita jinne saryan di committee guru ghar ਦੇ ਕਮੇਟੀਆਂ ਦਾ ਵੀ ਯੋਗਦਾਨ ਹੈਗਾ. ਸੋ ਪਰ ਉਹਨਾਂ ਨੇ ਲੈਸਟਰ ਮੀਲ ਦਾ ਨਾਮ ਵਿੱਚ ਪਾਇਆ ਬਿਕੋਜ਼ ਦੇ ਸੀ ਕਿ ਦਿਸ ਕਮਿਊਨਿਟੀ ਸਾਨੂੰ ਐਜ਼ ਏ ਯੂ ਨੋ ਦੇ ਕਮਿੰਗ ਟੂ ਦਿਸ ਕੰਟਰੀ ਐਂਡ ਦੇ ਆਲਸੋ ਪੇਇੰਗ ਬੈਕ. ਐਬਸੋਲੂਟਲੀ. ਸੋ ਇਹਦੇ ਤੁਹਾਡੀ ਪਛਾਣ ਬਣਦੀ ਹੈ ਜੀ ਉਸ ਕਮਿਊਨਿਟੀ ਦੀ, ਘਰੇ ਰਹਿ ਕੇ ਨਹੀਂ ਬਣਨੀ. ਐਗਜ਼ੈਕਟਲੀ ਐਗਜ਼ੈਕਟਲੀ. ਕਮਿਊਨਿਟੀ ਵਿਲ ਡੂ ਸਮਥਿੰਗ ਓਨਲੀ ਦੈਨ ਯੂ ਵਿਲ ਬੀ ਏਬਲ ਟੂ ਰੈਕਗਨਾਈਜ਼ਡ. ਐਬਸੋਲੂਟਲੀ. ਐਂਡ ਇਹ ਤਾਂ ਆਪਣੇ ਇੱਕ ਮੇਨ ਪ੍ਰੋਜੈਕਟ ਹੋ ਗਿਆ ਜੋ ਤੁਸੀਂ ਨਵੰਬਰ ਵਿੱਚ ਕਰਦੇ ਹੋ ਤੇ ਆਈ ਥਿੰਕ ਤੁਸੀਂ ਕਹਿ ਰਹੇ ਸੀ ਅਪ੍ਰੈਲ ਵਿੱਚ ਵੀ ਹੁੰਦਾ ਹੈ, ਰਾਈਟ? ਟਵਾਈਸ ਅ ਈਅਰ. ਬਟ ਇਸ ਤੋਂ ਇਲਾਵਾ ਆਪਣੇ ਕੀ ਹੋਰ ਪ੍ਰੋਜੈਕਟਸ ਹੈ ਜੋ ਲੈਟਸ ਸ਼ੇਅਰ ਅ ਮੀਲ ਦੀ ਟੀਮ ਓਵਰਆਲ ਕੰਮ ਕਰਦੀ ਹੈ ਆਲ ਈਅਰ ਰਾਊਂਡ? ਸੋ ਐਤਕੀ 2019 'ਚ ਐਕਚੁਅਲੀ ਅਸੀਂ ਹੋਰ ਨਵੇਂ 3 ਪ੍ਰੋਜੈਕਟਸ ਸਟਾਰਟ ਕੀਤੇ ਨੇ. ਇੱਕ ਤਾਂ ਅਸੀਂ ਮੰਥਲੀ ਫੂਡ ਡਰਾਈਵ ਸਟਾਰਟ ਕੀਤੀ ਹੈ ਜਿਹਦੇ 'ਚ ਸਪੈਸ਼ਲੀ ਉਹ ਬੱਚਿਆਂ ਨੂੰ ਟਾਰਗੇਟ ਕਰਦੇ ਹੋਏ ਕਿ ਬੱਚੇ ਆਪਣੇ ਯੂ ਨੋ ਬਰਥਡੇਜ਼ ਜਾਂ ਪੇਰੈਂਟਸ ਦੀ ਐਨਵਰਸਰੀ ਮਨਾਉਣ ਜਾਣ. ਸੋ ਹਰ ਫਸਟ ਟਿਊਜ਼ਡੇ ਆਫ ਐਵਰੀ ਮੰਥ ਉਹ ਜਾਂਦੇ ਹੈ, ਯੂ ਨੋ ਨਿਊਯਾਰਕ ਪੈਨ ਸਟੇਸ਼ਨ ਹੋ ਗਿਆ, ਨਿਊਯਾਰਕ ਪੈਨ ਸਟੇਸ਼ਨ ਹੋ ਗਿਆ, ਉੱਥੇ ਜਾ ਕੇ ਸਟਾਲਸ ਲਗਾਉਂਦੇ ਹੈ, ਕੇਕ ਲੈ ਕੇ ਜਾਂਦੇ ਹੈ, ਕੇਕ ਕਟਿੰਗ ਕਰਦੇ ਹੈ ਅਤੇ ਉੱਥੇ ਸਰਵ ਕਰਦੇ ਹੈ ਉਹਨਾਂ ਨੂੰ. ਉਹਦਾ ਰਿਸਪੋਂਸ ਸਾਨੂੰ ਇੰਨਾ ਅੱਛਾ ਹੈ, ਕਈ ਵਾਰ ਤਾਂ ਮਤਲਬ ਤੁਸੀਂ ਅਗਰ ਸੈਕਿੰਡ ਟਾਈਮ ਜਾਓ ਤਾਂ ਉਹ ਲੋਕ ਤੁਹਾਨੂੰ ਉੱਥੇ ਪਹਿਚਾਣ ਕਰਦੇ ਹੋ, ਕਹਿੰਦੇ ਅਸੀਂ ਵੇਟ ਕਰਦੇ ਹੁੰਦੇ ਹਾਂ ਯੂ ਨੋ ਕਿ ਤੁਸੀਂ ਕਦੋਂ ਆ ਰਹੇ ਹੋ ਨੈਕਸਟ. ਈਵਨ ਮਤਲਬ ਹੋਮਲੈਸ ਕਮਿਊਨਿਟੀ ਉਹ ਵਾਲੀ ਪੈਨ ਸਟੇਸ਼ਨ ਦੀ, ਨਿਊਯਾਰਕ ਪੈਨ ਸਟੇਸ਼ਨ ਦੀ, ਉਹਨਾਂ ਨੂੰ ਵੀ ਸਾਡੀ ਰੈਕਗਨੀਸ਼ਨ ਹੋ ਗਈ ਹੈ ਕਿ ਲੈਟਸ ਸ਼ੇਅਰ ਅ ਮੀਲ ਦੀ ਟੀਮ ਆਏਗੀ, ਐਲ ਐਸ ਐਮ ਦੀ ਟੀਮ ਉਹ ਕਰਦੇ ਹੈ. ਇੱਕ ਸਾਡਾ ਉਹ ਪ੍ਰੋਜੈਕਟ ਹੈ. ਦੂਜਾ ਪ੍ਰੋਜੈਕਟ ਅਸੀਂ ਇੱਦਾਂ ਹੀ ਸਟਾਰਟ ਕੀਤਾ, ਅਸੀਂ ਫਿਊ ਫੈਮਿਲੀਜ਼ ਇਨ ਪੈਟਰਸਨ ਯੂ ਨੋ ਜੋ ਨਹੀਂ ਫੁਲਫਿਲ ਕਰ ਪਾਉਂਦੀਆਂ ਆਪਣੀ ਨੀਡਸ, ਸਿੰਗਲ ਪੇਰੈਂਟ ਹੋ ਗਏ ਜਾਂ ਉਦਾਂ ਦੇ ਹੋ ਗਏ, ਲੋ ਇਨਕਮ ਫੈਮਿਲੀਜ਼ ਹੋ ਗਈਆਂ, ਉਹਨਾਂ ਨੂੰ ਅਸੀਂ ਮੰਥਲੀ ਰਾਸ਼ਨਸ ਦਿੰਦੇ ਹਾਂ ਜਾ ਕੇ ਅਤੇ ਉਹਨਾਂ ਨੂੰ ਵੀ ਅਸੀਂ ਹੈਲਪ ਕਰਦੇ ਹਾਂ. ਅਤੇ ਇੱਕ ਤੀਜਾ ਪ੍ਰੋਜੈਕਟ ਇੰਡੀਆ ਵਿੱਚ ਹੈ ਜੋ ਤੁਸੀਂ ਤਲਵਿੰਦਰ ਜੀ ਦੱਸਣਾ ਚਾਹੋਗੇ? ਸੋ ਵੀ ਕਨੈਕਟਡ ਵਿਦ ਆਪਣਾ ਐਸ ਟੀ ਐਸ ਗਰੁੱਪ ਹੈਗਾ, ਸਰਬੱਤ ਦਾ ਭਲਾ, ਨਾ ਕਿ ਜੀ ਆਪਣੇ ਪੂਰਾ ਜੀ ਉਹਨਾਂ ਦਾ ਸਰਵ ਹਿਊਮੈਨਿਟੀ ਸਰਵ ਗੋਡ. ਸੋ ਉਹਨਾਂ ਨਾਲ ਜੁੜੇ ਉੱਥੇ ਜਿਹੜੇ ਪੀਪਲ ਚੱਲ ਨਹੀਂ ਸਕਦੇ, ਸੋ ਵੀ started donating wheelchairs, electric wheelchairs to them. Wow. Okay ji. So the what in the past we worked with the Blind Institute of Chandigarh. Ode li kar rahe hain. So on this date, even though I was part of LSM, so especially this time I'm traveling to India on 24th. Achha. So ethe team ne ethe karna, and I will be doing it in India somewhere jithe chuggi chopdi wale hege hai. We will be distributing kambal to leke stationery bachchan de to leke, so we will just pick some area. ਤੇ ਇਹਦੀ ਮੋਟੀਵੇਸ਼ਨ ਕਿੱਥੋਂ ਆਈ? ਇਹਦੀ ਜੀ ਆਪਣੇ ਕਹਿੰਦਾ ਮਤਲਬ ਇੱਥੇ ਵੀ ਕਰਦੇ ਅਸੀਂ, ਇੰਡੀਆ ਵੀ ਕਰਦੇ. ਲਾਸਟ ਈਅਰ ਸੁਖਵਿੰਦਰ ਜੀ ਗਏ ਸੀਗੇ, ਸੋ ਵੀ ਡਿਡ ਫਰੋਮ ਆਈਟੀ ਡਿਜ਼ਾਈਨ, ਦੇਰ ਸੋ ਮੈਨੀ ਅਦਰ, ਦੇਰਸ ਏ ਇਨ ਦਿੱਲੀ ਰਿਫਿਊਜੀ ਕੈਂਪ ਹੈਗਾ ਜੀ ਉੱਥੇ. ਸੋ ਲਾਸਟ ਟਾਈਮ ਅੰਕਾਰ ਭਾਜੀ ਐਂਡ ਸੋ ਮੈਨੀ ਅਦਰ ਟੀਮ ਮੈਂਬਰਸ ਵੈਂਟ, ਸੋ ਉਹਨਾਂ ਨੇ ਉੱਥੇ ਡਿਸਟ੍ਰੀਬਿਊਟ ਕੀਤਾ ਕਲੋਥਿੰਗ ਨੀਡਸ ਤੋਂ ਲੈ ਕੇ ਫੂਡ ਦੀ. ਸੋ ਇਟਸ ਪਾਰਟ ਆਫ ਦ ਟੀਮ.
ਹਾਂਜੀ ਯਾ ਜਦੋਂ ਟੀਮ ਦੀ ਗੱਲ ਆਉਂਦੀ ਹੈ ਕੁਛ ਵੀ ਚੀਜ਼ ਕੋਈ ਵੀ ਇਸ ਲੈਵਲ ਦਾ ਕੰਮ ਅਕੇਲੇ ਕੋਈ ਨਹੀਂ ਕਰ ਸਕਦਾ ਜਿੱਦਾਂ ਕੋਮਲ ਜੀ ਸਾਨੂੰ ਦੱਸ ਰਹੇ ਸੀ ਇਹ ਔਰਗਨਾਈਜੇਸ਼ਨ ਲੈਟਸ ਸ਼ੇਅਰ ਅ ਮੀਲ ਦੀ ਜੋ ਟੀਮ ਹੈ ਉਹ ਫੁੱਲੀ ਵਾਲੰਟੀਅਰ ਬੇਸਡ ਹੈਗੀ ਟਾਪ ਟੂ ਡਾਊਨ ਐਵਰੀ ਵਨ ਆਪਣਾ ਟਾਈਮ ਅਤੇ ਰਿਸੋਰਸਿਸ ਕੱਢ ਕੇ ਹੈਲਪ ਕਰਦੇ ਹੈ ਕੋਮਲ ਜੀ ਅਗਰ ਕੋਈ ਵਾਲੰਟੀਅਰ ਕਰਨਾ ਚਾਹੁੰਦਾ ਹੈ ਤੁਹਾਡੇ ਇੰਨੇ ਲਾਰਜ ਸਕੇਲ ਲੈਵਲ 'ਤੇ ਤੁਸੀਂ ਕੰਮ ਕਰ ਰਹੇ ਹੋ ਸ਼ੋਰਲੀ ਯੂ ਨੀਡ ਮੋਰ ਪੀਪਲ ਟੂ ਗੈਟ ਇਨਵੋਲਵਡ ਸਪੈਸ਼ਲੀ ਆਊਟਸਾਈਡ ਆਫ ਦੀਸ ਥ੍ਰੀ ਸਟੇਟ ਜਿੱਥੇ ਤੁਹਾਡੀ ਮੇਨ ਕੋਰ ਟੀਮ ਹੁਣੇ ਕੰਮ ਕਰ ਰਹੀ ਹੈ ਅਗਰ ਕੋਈ ਵਾਲੰਟੀਅਰ ਕਰਨਾ ਚਾਹੁੰਦਾ ਹੈ ਜਾਂ ਇਸ ਪ੍ਰੋਗਰਾਮ ਨੂੰ ਐਕਸਪੈਂਡ ਕਰਨਾ ਚਾਹੁੰਦਾ ਹੈ ਆਊਟਸਾਈਡ ਆਫ ਦ ਟ੍ਰਾਈ ਸਟੇਟ ਵੇਅਰ ਯੂ ਵਰਕਿੰਗ ਰਾਈਟ ਨਾਓ ਉਹਦਾ ਕੀ ਪ੍ਰੋਸੈਸ ਹੈ ਸੋ ਅਸੀਂ ਹਰ ਗੁਰਦੁਆਰਾ ਸਾਹਿਬ ਨੂੰ ਬੇਨਤੀ ਕਰਦੇ ਹਾਂ ਯੂ ਨੋ ਹੋਰ ਜੋ ਔਰਗਨਾਈਜੇਸ਼ਨਸ ਹੈ ਜਿੱਦਾਂ ਇੱਥੇ ਸਪੈਸ਼ਲੀ ਨਿਊ ਜਰਸੀ ਸਾਡੀ ਬਹੁਤ ਸਿੱਖ ਇੱਦਾਂ ਦੀ ਔਰਗਨਾਈਜੇਸ਼ਨਸ ਹੈ ਹੂ ਆਰ ਡੂਇੰਗ ਰੀਅਲੀ ਗੁੱਡ ਵਰਕ ਉਹਨਾਂ ਨੂੰ ਵੀ ਕਿ ਤੁਸੀਂ ਯੂ ਨੋ ਲੈਟਸ ਸ਼ੇਅਰ ਅ ਮੀਲ ਦੇ ਚੈਪਟਰ ਨੂੰ ਵਧਾਓ ਅਸੀਂ ਐਟਲਾਂਟਾ ਵਿੱਚ ਵੀ ਕਰਦੇ ਹਾਂ ਬੋਸਟਨ 'ਚ ਵੀ ਕਰਦੇ ਹਾਂ ਐਟਲਾਂਟਾ ਬੋਸਟਨ ਜਦਕਿ ਨਵੰਬਰ 'ਚ ਹੋ ਚੁੱਕਿਆ ਲਾਸਟ ਈਅਰ 'ਚ ਇੰਡੀਆਨਾ 'ਚ ਵੀ ਕੀਤਾ ਸੀ ਇਨਫੈਕਟ ਅਸੀਂ ਆਸਟ੍ਰੇਲੀਆ 'ਚ ਵੀ ਕੀਤਾ ਸੀ ਲੈਟਸ ਸ਼ੇਅਰ ਅ ਮੀਲ ਅਤੇ ਪਰ ਉਹ ਸਾਰਿਆਂ ਨੂੰ ਸਾਡੀ ਹੈਲਪ ਨਹੀਂ ਹੁੰਦੀ ਉਹ ਸਾਰੇ ਇੰਨੇ ਸੈਲਫ ਸਫੀਸ਼ੀਐਂਟ ਹੈ ਕਿ ਉੱਥੋਂ ਦੇ ਜਿਹੜੇ ਵਾਲੰਟੀਅਰਸ ਹੈ ਉਹਨਾਂ 'ਚ ਇੰਨੀ ਸੇਵਾ ਦੀ ਭਾਵਨਾ ਹੈ ਕਿ ਉਹ ਆਪ ਆ ਕੇ ਆਪ ਕਰਦੇ ਨੇ ਅਤੇ ਇਹਨੂੰ ਅੱਗੇ ਵਧਾਉਂਦੇ ਹੈ ਅਤੇ ਸਾਰੇ ਗੁਰਦੁਆਰਿਆਂ ਨੂੰ ਮੈਂ ਇਹ ਰਿਕੁਐਸਟ ਕਰਨਾ ਚਾਹੂੰਗੀ ਹੋਰ ਵਾਲੰਟੀਅਰਸ ਨੂੰ ਤੁਸੀਂ ਜਿੱਥੇ ਵੀ ਹੋ ਟ੍ਰਾਈ ਸਟੇਟਸ ਨਹੀਂ ਹੋ ਦੂਜੀ ਜਗ੍ਹਾ ਹੋ ਤੁਸੀਂ ਜਾ ਕੇ ਇਹਦਾ ਚੈਪਟਰ ਸਟਾਰਟ ਕਰੋ ਲੈਟਸ ਸ਼ੇਅਰ ਅ ਮੀਲ ਦਾ ਆਪਣੀ ਸਿਟੀ ਦਾ ਆਪਣੀ ਸਟੇਟ ਦਾ ਅਤੇ ਇਹ ਜੋ ਮੈਸੇਜ ਹੈ ਅਸੀਂ ਦੇਣਾ ਵੰਡ ਸਕਣਾ ਦਾ ਇਹਨੂੰ ਵਧਾਓ ਅਤੇ ਕੋਮਲ ਜੀ ਜਸਟ ਅਗਰ ਕਿਸੇ ਨੂੰ ਇਹ ਕੁਐਸਚਨ ਹੋਇਆ ਕਿ ਯੂ ਨੋ ਚੈਪਟਰ ਸਟਾਰਟ ਕਰਨਾ ਥੋੜ੍ਹਾ ਜਿਹਾ ਡੋਂਟਿੰਗ ਜਿਹਾ ਲੱਗਦਾ ਵੱਡਾ ਕੰਮ ਲੱਗਦਾ ਹੈ ਇਹਦਾ ਪ੍ਰੋਸੈਸ ਥੋੜ੍ਹਾ ਜਿਹਾ ਐਕਸਪਲੇਨ ਕਰੋ ਕਿੰਨਾ ਇਹ ਡਿਫੀਕਲਟ ਹੈ ਅਗਰ ਕਿਸੇ ਨੇ ਚੈਪਟਰ ਸ਼ੁਰੂ ਕਰਨਾ ਹੋਵੇ ਅ ਬ੍ਰੈਂਡ ਨਿਊ ਲੋਕੇਸ਼ਨ ਵਿੱਚ ਬਿਲਕੁਲ ਡਿਫੀਕਲਟ ਨਹੀਂ ਹੈ ਗੁਰਦੁਆਰੇ 'ਚ ਲੰਗਰ ਤਾਂ ਰੋਜ਼ ਬੰਦਾ ਹੀ ਬੰਦਾ ਹੈ ਤੁਸੀਂ ਸੰਗਤ ਦੀ ਨਾਲ ਹੈਲਪ ਲਓ ਥੋੜ੍ਹੀ ਚੈਰਿਟੀ ਜਿਹੜੇ ਲੋਕ ਹੈਲਪ ਨਹੀਂ ਕਰ ਸਕਦੇ ਜਾ ਨਹੀਂ ਸਕਦੇ ਵਾਲੰਟੀਅਰ ਨਹੀਂ ਕਰ ਸਕਦੇ ਡੋਨੇਸ਼ਨ ਕਰੋ ਸਾਡਾ ਸਾਰਾ ਡੋਨੇਸ਼ਨ ਮਨੀ 'ਤੇ ਹੀ ਚੱਲਦਾ ਥੋੜ੍ਹਾ ਸਟਾਰਟ ਕਰੋ ਖਾਣਾ ਛੋਟੇ ਤੋਂ ਸਟਾਰਟ ਕਰੋ ਹੌਲੀ ਹੌਲੀ ਵੱਧਦਾ ਜਾਏਗਾ ਅਸੀਂ ਵੀ ਸਟਾਰਟ ਕੀਤਾ ਸੀ ਛੋਟੇ 'ਚ ਤਲਵਿੰਦਰ ਜੀ ਦੱਸਣਗੇ ਬਾਲਟੀਆਂ 'ਚ ਲੈ ਕੇ ਜਾਂਦੇ ਸੀ ਤੁਹਾਡੇ ਫੂਡ ਅਤੇ ਹੁਣ ਸਾਡੇ ਪ੍ਰੋਪਰ ਲਾਈਕ ਹਾਈਜੀਨਿਕ ਬੋਕਸਿਸ ਸਾਡੇ ਕਟਲਰੀ ਡਿਸਪੋਜ਼ੇਬਲ ਪ੍ਰੋਪਰ ਮੀਲਸ ਜਾਂਦੀਆਂ ਹੁਣ ਸਾਡੀਆਂ ਅਤੇ ਉੱਦਾਂ ਹੀ ਥੋੜ੍ਹਾ ਜਿਹਾ ਸਟਾਰਟ ਕਰੋ ਗੁਰਦੁਆਰੇ ਜਾ ਕੇ ਥੋੜ੍ਹੀ ਐਫਰਟ ਕਰਕੇ ਸਾਰਾ ਕੁਝ ਹੋ ਸਕਦਾ ਐਂਡ ਸਭ ਤੋਂ ਮੇਨ ਜੋ ਹੁਣ ਟਾਈਮ ਸੈਂਸਿਟਿਵ ਚੀਜ਼ ਹੈ ਜਿਹਦੇ ਲਈ ਤੁਹਾਨੂੰ ਲੋਕਾਂ ਦੀ ਹੈਲਪ ਚਾਹੀਦੀ ਹੈ ਉਹ ਆਪਣੀ ਫੂਡ ਡਰਾਈਵ ਹੈਗੀ ਹਾਂਜੀ ਐਂਡ ਦੈਟ ਇਜ਼ ਦਿਸ ਫਰਾਈਡੇ ਐਂਡ ਸੈਟਰਡੇ ਐਂਡ ਸੰਡੇ ਸੈਟਰਡੇ ਐਂਡ ਸੰਡੇ ਦਿਸ ਵੀਕਐਂਡ ਹਾਂਜੀ ਜੀ ਅਤੇ ਤਲਵਿੰਦਰ ਜੀ ਇਹਦੇ ਬਾਰੇ ਤੁਹਾਡਾ ਕੀ ਮੈਸੇਜ ਹੈਗਾ ਸੇਮ ਥਿੰਗ ਜੀ ਕਿ ਆਪਣੇ ਆਈ ਥਿੰਕ ਜਿਹੜਾ ਸਾਡਾ ਸਭ ਤੋਂ ਤਰਸਤੀ ਵਾਲਾ ਤਰਸਗੀ ਵਾਲਾ ਹੈਗਾ ਜੀ ਜਿਹੜਾ ਅਸੀਂ ਗੁਰਦੁਆਰਾ ਸਾਹਿਬ ਹੁੰਦਾ ਪਰ ਜਿਹੜੇ ਦੇ ਨੇਬਰਸ ਕਈ ਵਾਰੀ ਹੁੰਦੇ ਨੇ ਉਹਨਾਂ ਨੂੰ ਵੀ ਨਹੀਂ ਪਤਾ ਕਿ ਅਸੀਂ ਹੈਗੇ ਕੌਣ ਹੈ ਠੀਕ ਹੈ ਜੀ ਸੋ ਵੀ ਨੀਡ ਟੂ ਜਿਹੜੇ ਉੱਥੇ ਅਸੀਂ ਆਪਣਾ ਪਾਠ ਕਰਨਾ ਜਾਂ ਗੁਰਦੁਆਰਾ ਸਾਹਿਬ ਆਪਣਾ ਜਿਹੜੇ ਸਪਿਰਚੁਅਲ ਜੋ ਵੀ ਆਪਾਂ ਐਕਟੀਵਿਟੀ ਉੱਥੇ ਕਰਨੀ ਉਹ ਕਰਨੀ ਆ ਜਾਂ ਪਰ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ ਬਿਕੋਜ਼ ਆਫ ਨਿਊ ਜਨਰੇਸ਼ਨ ਜਿਹੜੇ ਨਿੱਕੇ ਨਿਆਣੇ ਆ ਸਾਡੇ ਉਹਨਾਂ ਨੇ ਇਹਨਾਂ ਵਿੱਚ ਵਿਚਰਨਾ ਆ ਸੋ ਜੇ ਹਰ ਕੋਈ ਗੁਰਦੁਆਰਾ ਸਾਹਿਬ ਕਮੇਟੀ ਆਪਣੇ ਵੱਖਰੇ ਤੌਰ ਇੱਦਾਂ ਦੀ ਇਹ ਦੀ ਜਾਂ ਇੱਦਾਂ ਦਾ ਕੋਈ ਸਮਥਿੰਗ ਸਿਮਿਲਰ ਵਿੱਚ ਕੈਨ ਆਪਣੇ ਸਰਵ ਕਿ ਸਾਡੀ ਕਮਿਊਨਿਟੀ ਬਾਹਰ ਹੋ ਕੇ ਜਾਂਦੀ ਆ ਉਹ ਆਪਣਾ ਨਾਂ ਖੱਟਦੀ ਆ ਸਾਨੂੰ ਉਹਦੀ ਕੁਛ ਨਾ ਕਿਤੇ ਆਪਣੇ ਸਾਡੇ ਬੱਚਿਆਂ ਨੂੰ ਕਿਤੇ ਨਾ ਕਿਤੇ ਮਦਦ ਮਿਲੂਗੀ ਸੋ ਆਈ ਥਿੰਕ ਦੈਟਸ ਵਟ ਵੀ ਨੀਡ ਟੂ ਡੂ ਐਂਡ ਆਈ ਥਿੰਕ ਜੋ ਆਪਣੀ ਸਿੱਖੀ ਵਿੱਚ ਜੋ ਲੰਗਰ ਦੀ ਸੇਵਾ ਹੈ ਉਹ ਤਾਂ ਇੱਕ ਇਹੋ ਜਿਹੀ ਯੂਨੀਕ ਚੀਜ਼ ਹੈ ਕਿ ਜਦੋਂ ਵੀ ਤੁਸੀਂ ਕਿਸੇ ਨੋਨ ਇੰਡੀਅਨ ਨੋਨ ਸਿੱਖ ਨੂੰ ਪੁੱਛੋ ਕਿ ਵਟ ਡੂ ਯੂ ਨੋ ਅਬਾਊਟ ਸਿੱਖਸ ਜੋ ਜਾਣਦੇ ਉਹ ਸਭ ਤੋਂ ਪਹਿਲੇ ਲੰਗਰ ਦਾ ਨਾਂ ਲੈਂਦੇ ਆ ਬਿਕੋਜ਼ ਦੇ ਆਰ ਕੰਪਲੀਟਲੀ ਦਾ ਕਹਿੰਦਾ ਸਰਪ੍ਰਾਈਜ਼ ਹੋ ਜਾਂਦੇ ਆ ਕਿ ਕੋਈ ਇਹੋ ਜਿਹੀ ਵੀ ਚੀਜ਼ ਹੈ ਨੋ ਮੈਟਰ ਤੁਸੀਂ ਕੌਣ ਹੋ ਕਿੱਥੋਂ ਆ ਰਹੇ ਹੋ ਕਿਸੇ ਵੀ ਟਾਈਮ ਤੁਸੀਂ ਜਾ ਕੇ ਲੰਗਰ ਛੱਕ ਸਕਦੇ ਹੋ ਆਪਣੇ ਗੁਰਦੁਆਰੇ ਵਿੱਚ ਜੋ ਤੁਹਾਡੀ ਕਮਿਊਨਿਟੀ 'ਚ ਬਣਿਆ ਹੋਇਆ ਇਹ ਸੇਵਾ ਹੁਣ ਗੁਰਦੁਆਰੇ ਤੋਂ ਬਾਹਰ ਲਿਜਾਣੀ ਇਹ ਲੈਟਸ ਸ਼ੇਅਰ ਮੀਲ ਕਰ ਰਿਹਾ ਹੈ ਅਤੇ ਤੁਹਾਨੂੰ ਸਪੋਰਟ ਦੀ ਲੋੜ ਹੈ ਮੈਂ ਸਾਰਿਆਂ ਨੂੰ ਜ਼ਰੂਰ ਇਨਸਿਸਟ ਕਰਾਂਗੀ ਕਿ ਅਗਰ ਤੁਸੀਂ ਲੋਕਲੀ ਇੱਥੇ ਇਨਵੋਲਵਡ ਹੈਗੇ ਤੁਹਾਡੇ ਕੋਲ ਰੀਸੋਰਸਿਸ ਹੈ ਟਾਈਮ ਹੈ ਤੁਸੀਂ ਜ਼ਰੂਰ ਇਹਨਾਂ ਦੀ ਹੈਲਪ ਕਰੋ ਲੈਟਸ ਸ਼ੇਅਰ ਮੀਲ ਦੇ ਨਾਲ ਵਾਲੰਟੀਅਰ ਦੇ ਬੇਸਿਸ 'ਤੇ ਫੂਡ ਡਰਾਈਵ ਵਿੱਚ ਇਨਵੋਲਵ ਹੋ ਭਾਵੇਂ ਤੁਸੀਂ ਆਪਣਾ ਚੈਪਟਰ ਵੀ ਖੋਲ੍ਹਣਾ ਤੁਸੀਂ ਇਹਨਾਂ ਨੂੰ ਰੀਚ ਆਊਟ ਕਰ ਸਕਦੇ ਹੋ ਤੁਹਾਡੀ ਇਨਫੋਰਮੇਸ਼ਨ ਅਗਰ ਕਿਸੇ ਨੂੰ ਤੁਹਾਨੂੰ ਕੰਟੈਕਟ ਕਰਨਾ ਤਾਂ ਸਾਨੂੰ ਪਲੀਜ਼ ਦੱਸ ਦਿਓ ਹਾਂਜੀ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ ਲੈਟਸ ਸ਼ੇਅਰ ਅ ਮੀਲ ਡੋਟ ਓ ਆਰ ਜੀ ਨਹੀਂ ਤਾਂ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਕੰਟੈਕਟ ਐਟ ਲੈਟਸ ਸ਼ੇਅਰ ਅ ਮੀਲ ਡੋਟ ਓ ਆਰ ਜੀ ਵੈਰੀ ਨਾਈਸ ਐਂਡ ਕਲੋਜ਼ਿੰਗ ਵਿੱਚ ਤਲਵਿੰਦਰ ਜੀ ਤੁਸੀਂ ਕੁਝ ਕਹਿਣਾ ਚਾਹੋਗੇ ਸਾਡੀ ਆਡੀਅੰਸ ਨੂੰ ਕਿ ਉਹ ਜੁੜਨ ਤੁਹਾਡੇ ਨਾਲ ਇਸ ਮਿਸ਼ਨ ਵਿੱਚ ਹਾਂਜੀ ਫਸਟ ਆਫ ਆਲ ਜੀ ਤੇ ਵੀ ਆਰ ਡੂਇੰਗ ਦਿਸ ਬਿਗ ਪ੍ਰੋਜੈਕਟ ਸਰਵਿੰਗ 8000 ਮੀਲਸ
ਸੋ ਦੈਨ ਸਾਨੂੰ ਕਾਫੀ ਵਲੰਟੀਅਰਸ ਦੀ ਲੋੜ ਹੈ ਪ੍ਰਪੇਅਰ ਕਰਨ ਦੇ ਲਈ ਵੀ ਗੋਇੰਗ ਟੂ ਪ੍ਰਪੇਅਰ ਸੈਂਡਵਿਚਸ ਟੂ ਯੂ ਨੋ ਆਲ ਦ ਵੇ ਬਰੀਟੋਸ ਸੋ ਕਾਫੀ ਵੀ ਨੀਡ ਲੋਟ ਆਫ ਹੈਂਡਸ ਵੀ ਨੀਡ ਪੀਪਲ ਹੂ ਕੈਨ ਡਰਾਈਵ ਟੂ ਆਲ ਦੋਸ ਸ਼ੈਲਟਰਸ ਸਾਨੂੰ ਉਹਦੀ ਲੋੜ ਸੋ ਵਲੰਟੀਅਰਸ ਆ ਪਲੀਜ਼ ਕਮ ਐਂਡ ਯੂ ਨੋ ਹੈਲਪ us in this mission Very and nice. start your own independent chapters under LSM we can give you guidance you know what how to approach shelters key kadi information on childcare so what we have learned in a maybe hard way in first or two years yep. so we can pass so puri back end support tusi provide kar sakde ho todi jo lessons hege oh tusi de sakde ho kisi nu bhi jo involve hona chahnde and you never know todi is kam de naal apni community di recognition todi local area vich bhi ban sakdi hai jidda new jersey assembly ne recognize kita let's share a meal nu te sikh community di involvement nu ek charitable te inne positive way de naal te komal ji todi vallon kuch closing message haan ji bilkul jidda assi gal kar rahe ha aware ਦੀ ਉੱਦਾਂ ਮੈਂ ਦੱਸਣਾ ਚਾਹੂੰਗੀ ਸਾਡੇ ਜੋ ਟੀਨੇਜਰਸ ਹੈ ਉਹ ਆਪਣੇ ਸਕੂਲ ਜਾ ਕੇ ਵੀ ਆਪਣੇ ਕਾਲਜਸ ਜਾ ਕੇ ਇੰਨਾ ਮੈਸੇਜ ਸਪਰੈਡ ਕਰਦੇ ਹਨ ਲੈਟਸ ਸ਼ੇਅਰ ਅ ਮੀਲ ਦਾ ਕਿ ਸਾਡੇ ਕੋਲ ਰਿਸਪੋਂਸ ਆਉਂਦਾ ਇਕੱਲੇ ਇੰਡੀਅਨਸ ਜਾਂ ਸਿੱਖਾਂ ਦਾ ਨਹੀਂ ਸਾਡੇ ਕੋਲ ਨੋਨ ਇੰਡੀਅਨਸ ਵੀ ਆਉਂਦੇ ਆ ਜੋ ਵਾਲੰਟੀਅਰ ਕਰਨਾ ਚਾਹੁੰਦੇ ਆ ਸਾਡੇ ਕੋਲ ਹਰ ਸਾਲ ਯੂ ਨੋ ਕਮਿਊਨਿਟੀ ਕਾਲਜਸ ਦੇ ਜਾਂ ਦੂਸਰੇ ਕਾਲਜਸ ਦੇ ਬੱਚੇ ਆਉਂਦੇ ਆ ਅਪਰੋਚ ਕਰਦੇ ਆ ਸਾਨੂੰ ਕਿ ਅਸੀਂ ਕਿੱਦਾਂ ਵਾਲੰਟੀਅਰ ਕਰ ਸਕਦੇ ਹਾਂ ਅਸੀਂ ਕਿੱਦਾਂ ਹੈਲਪ ਕਰ ਸਕਦੇ ਹਾਂ ਸੋ ਸਾਨੂੰ ਅੱਗੇ ਵੀ ਹੈਲਪ ਕਰ ਰਿਹਾ ਅਵੇਅਰਨੈਸ ਕ੍ਰੀਏਟ ਕਰਨਾ ਟੂ ਦ ਯੂਥ ਯੈਪ I would just like to add if it's not too late of course so jada inna dasya ji apne schools se ho gaye apne nyane ho gaye ja colleges se ho gaye oh apne friends le aunde ji oh, right okay. so instead of kai vare tusi hard preaching hoindi assi aaye ah, when they come see nale guru sahib de darshan kar lende assi yeah. edda matha dekhde assi aa hage ha comfortable environment right? which yeah. and then they serve then they get amazed yeah. right and then when those kids go back to school they get more respect and hun oh bacche toda mouth piece ban jande apni sikhi da mouth piece ban ke apni sikhi bare hor lokan nu dasde ha in closing mai kehna chahangi saryan nu tusi zarur involve ho sikhi da prachar karna sirf prachar tak nahi hona chahida but apne actions nal bhi hona chahida te jo vand chako di philosophy hai oh let's share a meal har roz practice kar rahe te todi bhi load hai inna nu this saturday sunday food drive hon ja rahi hai at which gurdwara nanak naam jahad jersey city ਉੱਥੇ ਵੀ ਤੁਸੀਂ ਇਨਵੋਲਵ ਹੋ ਸਕਦੇ ਹੋ ਅਗਰ ਤੁਹਾਨੂੰ ਹੋਰ ਵਾਲੰਟੀਅਰ ਕਰਨਾ ਜਾਂ ਆਪਣਾ ਚੈਪਟਰ ਖੋਲ੍ਹਣਾ ਤੁਸੀਂ ਉਹਦੇ ਲਈ ਇਹਨਾਂ ਨੂੰ ਪਲੀਜ਼ ਕੋਂਟੈਕਟ ਕਰੋ ਫੋਰ ਐਨੀ ਕੁਐਸਚਨ ਤੁਸੀਂ ਸਾਨੂੰ ਵੀ ਰੀਚ ਕਰ ਸਕਦੇ ਹੋ ਐਟ info@justbroadcasting.com ਔਰ ashmita@justbroadcasting.com ਇਹ ਸੀਗੀ ਸਾਡੀ ਸਪੈਸ਼ਲ ਪ੍ਰੋਡਕਸ਼ਨ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਸਤਿ ਸ਼੍ਰੀ ਅਕਾਲ ਐਂਡ ਗੁੱਡ ਨਾਈਟ ਸਤਿ ਸ਼੍ਰੀ ਅਕਾਲ